ਪਹਿਲੇ ਮੈਂ ਅੰਮ੍ਰਿਤਸਰ ਗਿਆ ਸੀ, ਉੱਥੇ ਮੈਨੂੰ ਇੱਕ NRI ਪਰਿਵਾਰ ਮਿਲਿਆ ਜਿਹਦੇ ਵਿਆਹ ਕਰ ਰਿਹਾ ਸੀ। ਮੈਰਿਜ ਪੈਲੇਸ 100 ਗੁੰਡੇ ਆਏ ਅਤੇ ਉਹ ਹਮਲਾ ਕਰ ਦਿੱਤਾ। ਜੇ ਇਹ ਜੀ ਹਾਲਾਤ ਰਹੂਗੀ ਪੰਜਾਬ 'ਚ, ਕੋਈ ਪੰਜਾਬ 'ਚ ਕੋਈ ਆਊਗਾ? ਇਹ ਜੀ ਸਰਕਾਰ ਬਣ ਗਈ ਜਿਹਨੂੰ ਕੋਈ ਤਜਰਬਾ ਹੀ ਨਹੀਂ ਸਰਕਾਰ ਚਲਾਉਣ ਦਾ, ਨਾ ਉਹਨੂੰ ਕੋਈ ਫਿਕਰ ਹੈ ਨਾ ਪਰਵਾਹ ਹੈ। ਤਾਂ ਇਸ ਕਰਕੇ ਜੋ ਜੈ ਜੀ ਹਾਲਾਤ ਬਣ ਰਹੀ ਹੈ, ਮੈਂ ਅੱਜ ਹੁਣੀ ਸ਼ਹਿਰ ਵਾਲੇ ਨੂੰ ਪੁੱਛ ਰਿਹਾ ਸੀ, ਇੱਕ ਦਹਿਸ਼ਤ ਦਾ ਮਾਹੌਲ ਹੈ, ਗੁੰਡਾਗਰਦੀ ਦਾ ਮਾਹੌਲ ਹੈ, ਗੈਂਗਸਟਰਾਂ ਦਾ ਰਾਜ ਹੈ। ਸਹੀ ਮਾਇਨੇ 'ਤੇ ਗੈਂਗਸਟਰ ਹੀ ਸਰਕਾਰ ਚਲਾ ਰਹੇ ਆ। ਅਫਸਰਾਂ ਦਾ ਕੋਈ ਕੰਟਰੋਲ ਨਹੀਂ, ਪੁਲਿਸ ਦਾ ਕੋਈ ਕੰਟਰੋਲ ਨਹੀਂ ਰਹਿ ਗਿਆ। ਹੁਣ ਗੈਂਗਸਟਰ ਡਿਸਾਈਡ ਕਰਦੇ ਆ ਕਿਹਨੂੰ ਮਾਰਨਾ, ਕਿਹਨੂੰ ਛੱਡਣਾ, ਕਿਤੋਂ ਪੈਸੇ ਲੈਣੇ ਆ। ਮੈਂ ਹੁਣੀ ਮੋਗੇ ਦੇ ਕਈ ਆਪਣੇ ਚੰਗੇ ਰਸੂਖ ਬੰਦਿਆਂ ਨੂੰ ਮੈਂ ਗੱਲ ਕੀਤੀ, ਕਹਿੰਦੇ ਸਾਰਿਆਂ ਨੂੰ ਟੈਲੀਫੋਨ ਆਏ, ਸਾਰਿਆਂ ਤੋਂ ਕਿਸੇ ਤੋਂ 5 ਲੱਖ ਲੈ ਗਏ ਗੈਂਗਸਟਰ, ਕਿਸੇ ਤੋਂ 10 ਲੱਖ ਲੈ ਗਏ। ਆਹ ਇਕੱਲੇ ਮੋਗੇ ਦੀ ਕਹਾਣੀ ਨਹੀਂ, ਹਰ ਸ਼ਹਿਰ ਦੀ ਕਹਾਣੀ ਹੈ, ਹਰ ਜ਼ਿਲ੍ਹੇ ਦੀ ਕਹਾਣੀ ਹੈ। ਇਹ 6 ਮਹੀਨਿਆਂ ਦੇ ਅੰਦਰ ਅੰਦਰ ਇਹ ਜਿਹੇ ਹਾਲਾਤ ਬਣ ਗਏ ਪੰਜਾਬ ਦੇ ਕਿ ਰਹਿਣਾ ਔਖਾ ਇੱਥੇ ਹੋ ਗਿਆ ਲੋਕਾਂ ਦਾ। ਅਤੇ ਮੈਂ ਤਾਂ ਦੇਖ ਰਿਹਾ ਕਿ 4 ਸਾਲ ਕਿਵੇਂ ਟਪਾਉਣਗੇ ਲੋਕ। ਸੋ ਕੁਛ ਨਾ ਕੁਛ ਤਾਂ ਲਿਆਉਣਾ ਹੀ, ਕਰਨਾ ਹੀ ਪੈਣਾ ਸਰਕਾਰ ਨੂੰ, ਨਹੀਂ ਤਾਂ 4 ਸਾਲਾਂ 'ਚ ਮੈਨੂੰ ਲੱਗਦਾ ਇਹ ਜਿਹਾ ਹਾਲਾਤ ਬਣ ਜਾਣ ਜਿਵੇਂ ਅਫਗਾਨਿਸਤਾਨ ਤਾਲਿਬਾਨ ਨੇ ਕੀਤਾ ਸੀ, ਉਹ ਜਿਹਾ ਹਾਲਾਤ ਬਣ ਜਾਣਾ। ਬੜਾ ਦੁੱਖ ਮੈਨੂੰ ਲੱਗਦਾ ਦੇਖ ਕੇ, ਉਹ ਸੂਬਾ ਜਿਹੜਾ ਸਾਡੇ ਸਾਇਮ 'ਚ ਆਪਾਂ ਬਹੁਤ ਤਰੱਕੀ 'ਤੇ ਲੈ ਕੇ ਗਏ ਸੀ, ਅੱਜ ਕਿਵੇਂ ਰੁਲ ਗਿਆ। ਪਿਛਲੇ 5 ਸਾਲ ਕੈਪਟਨ ਨੇ ਬਰਬਾਦ ਕਰਤੇ ਅਤੇ ਆਹ 5 ਸਾਲ ਇਹਨਾਂ ਨੇ ਬਰਬਾਦ ਕਰਤੇ। 10 ਸਾਲ ਜੇ ਕਿਸੇ ਸੂਬੇ ਦੇ ਬਰਬਾਦ ਹੋ ਜਾਣ, ਸੂਬਾ ਬਹੁਤ ਪਿੱਛੇ ਚਲੇ ਜਾਂਦਾ। ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਕਹਿਣ ਦੇ, ਇਹਦਾ ਕੋਈ ਇਲਾਜ ਵੀ ਹੈ ਨਹੀਂ, ਕਿਉਂਕਿ 92 MLA ਇਹਨਾਂ ਦੇ ਹੈ। ਹੁਣ 92 MLA ਸਰਕਾਰ ਵੀ ਨਹੀਂ ਬਦਲ ਸਕਦੀ। ਸੋ ਮੈਂ ਤਾਂ ਆਹੀ ਬੇਨਤੀ ਕਰਦਾ ਭਗਵੰਤ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਨੂੰ, ਤੁਹਾਨੂੰ ਬੜੇ ਲੋਕਾਂ ਨੇ ਪਿਆਰ ਨਾਲ ਇੰਨਾ ਵੋਟਾਂ ਦੇ ਕੇ ਜਿਤਾਇਆ, ਘੱਟ ਤੋਂ ਘੱਟ ਇੰਨੀ ਜ਼ਿੰਮੇਵਾਰੀ ਤਾਂ ਸੰਭਾਲ ਲਓ ਕਿ ਇੱਥੇ ਕਾਨੂੰਨ ਦੀ ਅਵਸਥਾ ਇੱਥੇ ਹੋ ਜਾਵੇ। ਜੇ ਕੋਈ ਡਿਵੈਲਪਮੈਂਟ ਜਾਂ ਹੋਰ ਚੀਜ਼ ਨਹੀਂ ਕਰਨੀ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕੋਈ ਪੈਸਾ ਨਹੀਂ ਲੱਗਦਾ, ਲਾਅ ਐਂਡ ਆਰਡਰ ਮੇਨਟੇਨ ਵਾਸਤੇ ਇਕੱਲੀ ਹਿੰਮਤ ਲੱਗਦੀ ਹੈ। ਜੇ ਲਾਅ ਐਂਡ ਆਰਡਰ ਹੀ ਨਹੀਂ ਮੇਨਟੇਨ ਕਰ ਸਕਦੇ, ਫਿਰ ਤੁਸੀਂ ਫਿੱਟ ਨਹੀਂ ਪੰਜਾਬ 'ਚ ਰਾਜ ਕਰਨ ਵਾਸਤੇ। ਥੈਂਕ ਯੂ।